जगराओं बस अड्डे ते अज लोग उस समय हैरान रह गए जदों उन्होंने 8 ते 10 साल के बच्चों नूं अपने पिता नाल रोंदे देखिया। पुछण ते जो उन्हां बच्चों ने रो रो के दसिया उस नूं सुन के सब दे रोंगटे खड़े हो गए, जबकि उन्हां दा पिता शराब के नशे विच टुन हो के सिर्फ रोई जा रहा सी ते उस कोलों चंगी तरह बोलिया भी नहीं जा रहा सी। ਉਹਨਾਂ ਦੋਨੋਂ ਬੱਚਿਆਂ ਨੇ ਆਪਣੀ ਮਾਂ ਬਾਰੇ ਕੀ ਦੱਸਿਆ ਤੁਸੀਂ ਵੀ ਸੁਣੋ। ਤੇ ਕਿੱਥੋਂ ਆਏ ਹੋ ਤੁਸੀਂ? ਅਸੀਂ ਹਬੋਰ ਤੋਂ। ਤੇ ਕੀ ਹੋਇਆ ਕਿ ਇੱਥੇ ਜਗਰਾਉਂ ਕਿਵੇਂ ਪਹੁੰਚ ਗਏ ਫਿਰ? ਇੱਥੇ ਮੇਰੀ ਮੰਮਾ ਨੇ ਦੂਜਾ ਵਿਆਹ ਕਰਾ ਲਿਆ। ਹਾਂ। ਮੇਰੇ ਡੈਡੀ ਕਹਿੰਦਾ ਤੂੰ ਮੈਨੂੰ ਧੋਖਾ ਲੈ ਕੇ ਗਈ ਨਾ, ਮੈਂ ਤਾਂ ਮਰਨਾ। ਹਾਂ। ਡੈਡੀ ਕਹਿੰਦਾ ਤੂੰ ਆਪਣੀ ਮੰਮੀ ਕੋਲ ਜਾਂਦਾ ਰਹਿ, ਇੱਥੇ ਆ ਕੇ ਮੈਂ ਡੈਡੀ ਦੇ ਦਾਰੂ ਪੀ ਲਈ। ਹਾਂ। ਤੇ ਮੇਰੀ ਮੰਮੀ ਨੂੰ ਫੋਨ ਕੀਤਾ ਕਿ ਸਾਨੂੰ ਆ ਕੇ ਲੈ ਜਾ। ਮੰਮੀ ਕਹਿੰਦੀ ਤੇਰੇ ਨਾਲ ਚਾਚੀ ਆ, ਮਾਸੀ ਹੈਗੀਆਂ, ਜੇ ਮੈਂ ਤੁਹਾਡੇ ਕੋਲ ਆਉਂਗੀ ਨਾ ਤੁਹਾਨੂੰ ਲੈਣ ਵਾਸਤੇ, ਤੁਸੀਂ ਮੈਨੂੰ ਤਾਂ ਫੜ ਕੇ ਕੁੱਟੋਗੇ। ਤੇ ਤਲਾਕ ਹੋ ਗਿਆ ਸੀ ਡੈਡੀ ਨਾਲ? ਨਹੀਂ ਹੋਇਆ ਤਲਾਕ। ਤੇ ਹੁਣ ਤੁਸੀਂ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ਉੱਥੇ ਹੋਰ? ਕੀਤੀ ਹੈ ਹੋਰ, ਪੁਲਿਸ ਵਾਲੇ ਕਹਿੰਦੇ ਆ ਕਿ ਅਸੀਂ ਕੀ ਕਰੀਏ, ਤੁਹਾਡੀ ਮਾਂ ਕੀ ਪੜਾਈ ਹੈ। ਹਾਂ। ਤਾਂ ਕਹਿੰਦੇ ਆ ਤੁਹਾਨੂੰ ਕਿ ਮੇਰੀ ਮੰਮੀ ਵਾਪਸ ਭੇਜਦੇ, ਉਹ ਕਹਿੰਦਾ ਮੈਂ ਨਹੀਂ ਭੇਜਦਾ। ਤੇ ਡੈਡੀ ਹੁਣ ਸ਼ਰਾਬ ਪੀਂਦਾ ਰਹਿੰਦਾ? ਹਾਂ। ਡੈਡੀ ਕਹਿੰਦਾ ਮੇਰੀ ਪਿੰਡ 'ਚ ਤੂੰ 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 ਕਰਾ ਦੇ, ਸਾਰੇ ਪਾਸੇ ਲੋਕ ਐਵੇਂ ਕਹਿੰਦੇ ਆ ਕਿ ਮੈਂ ਤੇਰੀ ਜਨਾਨੀ ਭੱਜ ਗਈ, ਤੇਰੀ ਜਨਾਨੀ ਭੱਜ ਗਈ। ਤੇ ਕਿੱਥੇ ਗਈ ਮੰਮੀ ਹੁਣ, ਕੀ ਪਤਾ ਕੁਛ? ਹਾਂ, ਸਾਈਂ ਕਾਲ ਆਏਗਾ ਜੋਧਾ ਕੋਲੇ ਪਿੰਡ ਉੱਥੇ। ਅੱਛਾ। ਰਣਵੀਰ ਸਰਪੰਚ ਹੈ, ਉਹਨਾਂ ਦੇ ਘਰ ਦੇ ਗਲੀ 'ਚ ਜਾਂਦੇ ਆ। ਜੇ ਜੇ ਹੁਣ ਤੁਸੀਂ ਉੱਥੇ ਜਾਓ ਤਾਂ ਤੁਹਾਨੂੰ ਮੰਮੀ ਰੱਖ ਲੂਗੀ? ਹਾਂਜੀ ਹਾਂਜੀ। ਡੈਡੀ ਭੇਜਣ ਨੂੰ ਤਿਆਰ ਆ? ਡੈਡੀ ਕਹਿੰਦਾ ਮੈਂ ਤਾਂ ਮਰਨਾ, ਤੁਸੀਂ ਜਾਓ ਆਪਦਾ। ਅੱਛਾ। ਕਿੰਨੀ ਦੇਰ ਹੋ ਗਈ ਮੰਮੀ ਨੂੰ ਗਈ ਨੂੰ? ਮੌਕੇ ਤੇ ਜਗਰਾਓਂ ਬੱਸ ਸਟੈਂਡ ਪੁਲਿਸ ਚੌਂਕੀ ਇੰਚਾਰਜ ਕਮਲਦੀਪ ਕੌਰ ਪਹੁੰਚੇ ਤੇ ਉਹਨਾਂ ਨੇ ਬੱਚਿਆਂ ਦੀ ਸਮੱਸਿਆ ਨੂੰ ਸਮਝਦੇ ਹੋਏ ਬੱਚਿਆਂ ਨੂੰ ਉਹਨਾਂ ਦੇ ਪਿਤਾ ਸਮੇਤ ਆਪਣੇ ਨਾਲ ਲੈ ਗਏ। ਲੱਗਦਾ ਤੁਹਾਨੂੰ ਕਿ ਪੁਲਿਸ ਕਰ ਸਕਦੀ ਹੈ ਕੁਝ? ਅਸੀਂ ਦੇਖ ਰਹੇ ਹਾਂ ਕਿ ਦੋਸਤ ਇਹਨਾਂ ਦੀ ਮਦਦ ਕਰ ਸਕਦੇ ਹਾਂ ਜੋ ਕਰਨਾ। ਮਤਲਬ ਇਹਨਾਂ ਦੀ ਮੰਮੀ ਜਿਵੇਂ ਗਈ ਹੈ ਉਸ ਹਿਸਾਬ ਨਾਲ ਜੀ ਸਾਰਾ ਵੈਰੀਫਾਈ ਕਰਕੇ ਜਿੰਨੀ ਕੁ ਹੈਲਪ ਹੋਊਗੀ ਪੁਲਿਸ ਕਰੇਗੀ ਇਹਨਾਂ ਦੀ ਜੀ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।